गुड मॉर्निंग गाइस, वेलकम बैक। ऐशु के चले पुत मेरा गाय लैन चले बाबे चले बह मैं गैस मम्मी चली भोग आले घर आ गांधी पर सीधी हो गए बह तू तो रखी नहीं पिछे बह उन्हें डेपा लगा यार गैस मैं चला मम्मी ड्रॉप कर भोग आले घर तो अज का प्लैन की आ अजे कुछ नहीं पता फिलहाल मम्मी ने पहला कार के आइए इन्हू खड़ा ना रैशमी इन खड़ा ना इन्हू मैं वापस लै आना गैस अगो तुम दिखा कौन आ रहा जी बादशाह आ रहा बादशाह बंदा अगो इधर एक गैस चेक करो मैं तुम्हें चेक करो चेक विरसू इज कमिंग विरसू जब दुकान पर बैठे होना मैं आ गया डिग पे डिप लगे लाइट वा तिलके दी बड़ी यार गाइस इतने डक दे दादी पुत गई काम ते चल उतर दादी पुत गई भोग ते आउंदी बाद च हां विरसू कित्थे आ दादी पुत गई भोग ते आउंदी आ ओ विचू आ गई आया आया गैस विरसू ने झूठ छेड़ होगी विरसू दे पन्ने मोबाइल पिया कि ओ हैगा कवर ही पानी च पिया ते विरसू फड़ के लै आया जे विरसू कोई नहीं चल पै जांदा भुलेखा भुलेख तू कड़ा चलाउणा है तेनू कड़ा चलाउणा होगा फिर बहरा लवा देना तेन कोटा च ले विरसू पी के दस पहला मैं चेक कर रहा गए सुकी चलू सुकी चलो जी हां दस हूं भैन जो तेन गंढिया बजावा नाल तेन लै दो साल दो साल कितने ना लाए इधर दस बार बदल लेने था दो साल कितने ना लाए विरसू गुजरे ना लाए हाँ तेरा पड़ा जी तो थां बदली के उन्हें कीता काम चलन दे आई विरसू दा विहार ना मारदा ही चलो मरना तो हर घंटे करारिया बन गया लोलियां टेस्ट करे देखा आलू लून ला ठीक है ओके बिल्कुल नाल गैस देसी घ्यो वाह तो थोड़ा पा कर दे थले वाह लाना मैं गैस रोटी बहुत टेस्टी बनी यार जेकर खानी रहू गैस नाल दही इधर रैशमी खेलन दी अपने गैस बाजार आया हाँ स्वेट का काम करवा पर स्वेट बापू लिया गया लगता मैं 20 साल उम्र सारी मेरी है तौले वाइस बहुत ज्यादा आ गए यार देखो मैं चल उम्र ना तो नहीं आंदा उतरे कमजोरी ना आ जाएगी
ਟੈਨਸ਼ਨਾਂ ਨਾਲ ਆ ਜਾਂਦੇ ਆ ਆਂਦੇ ਨਹੀਂ ਆਸੀ ਆਂ ਗੱਲਾਂ ਕਰਦਾ ਨੂੰ ਮੈਂ ਪੀ ਕਿਉਂ ਚੱਲਿਆ ਰਾਹੁਲ ਨੂੰ ਦੇਖਣ ਲਿਆ ਗੱਡੀ ਦਾ ਕੰਮ ਜਾਂ ਕਰਾਉਣ ਜਾਣਾ ਹੋਈਗਾ ਪਹਿਲਾਂ ਮੰਮੀ ਤੇਲ ਬੜਾ ਮਲਦੀ ਸੀ ਨਿੱਕਾ ਨਾ ਮੈਂ ਸਿਰ 'ਚ ਇੱਦਾਂ ਕਿੱਡੇ ਕਿੱਡੇ ਵੱਡੇ ਵਾਲ ਹੁੰਦੇ ਸੀ ਮੇਰੇ ਜਾ ਕੇ ਸਾਈਪ੍ਰੈਸ ਨੇ ਝਾੜਤਾ ਤੈਨੂੰ ਸਾਈਪ੍ਰੈਸ ਨੇ ਹਾਂ ਕਮਾਈ ਵੇਖ ਤਾਂ ਕਿੰਨੇ ਭੇਜੇ ਪੈਸੇ ਮੈਂ ਮੈਂ ਨਹੀਂ ਉਹ ਤੰਗੋ ਤੇ ਆ ਪੱਥਰ ਪੁੱਥਰ ਲੱਗ ਗਿਆ ਸਾਡੇ ਘਰ ਹੈਨਾ ਕੋਠੀ ਡਬਲ ਸਟੋਰੀ ਪੈ ਗਈ ਹੈ ਕਿਤੇ ਪਾਵਾਂਗੇ ਡਬਲ ਸਟੋਰੀ ਮੰਮੀ ਕੋਈ ਨਹੀਂ ਉਹ ਪਾਣੀ ਫੜੀ ਕਾਪੇ ਪੀਏ ਪਾਣੀ ਪਾਣੀ ਆਲੂ ਵਾਲੀ ਰੋਟੀ ਖਾ ਲਈਆਂ ਗਾਇਸ ਤੁਹਾਨੂੰ ਤੇ ਬੜੀ ਲੱਗਣ ਡੀ ਯਾਰ ਤੂੰ ਤਾਂ ਰੋਜ਼ ਹੀ ਆਲੂ ਵਾਲੀਆਂ ਨਹੀਂ ਹੋਇਆ ਕਿਤੇ ਸਬਜ਼ੀ ਨਹੀਂ ਨਾ ਹੈਗੀ ਸਵਾਦ ਲੱਗੀ ਮੈਨੂੰ ਉਹ ਮਹੀਨੇ ਚ ਦੋ ਇੱਕ ਵਾਰ ਨਾ ਤੂੰ ਇੱਕ ਦਿਨ ਛੱਡ ਕੇ ਨਾ ਆਲੂ ਵਾਲੀ ਹੋ ਐਸ਼ਵੀਰ ਕਿੱਥੇ ਆ ਐਸ਼ਵੀ ਤਾਂ ਨੀਚੇ ਬੈਠੀ ਉਹ ਗਾਇਸ ਗੰਡੇ ਵੀ ਲੱਗ ਗਏ ਜ ਆਪਣੇ ਫਾਈਨਲੀ ਕੰਪਲੀਟ ਹੋ ਗਿਆ ਕੰਮ ਸਬਜ਼ੀ ਗਾਇਸ ਐਰ ਕੀ ਗੰਡੇ ਲਾਲੇ ਹੋਣਾ ਉਹ ਥਾਂ ਚ ਵੇਖਣ ਕੀ ਲਾਉਣਾ ਵਾ ਮੇਥਰੀ ਵੇਲੇ ਵਾਧੂ ਆ ਧਨੀਆ ਵੀ ਹੈਗਾ ਪਾਲਕ ਵੀ ਹੈਗੀ ਗੰਡੇ ਸਾਰੇ ਲੱਗ ਗਏ ਮੰਮੀ ਹੁਣ ਉਹ ਥਾਂ ਚ ਕੀ ਲਾਉਣਾ ਪਰਲੇ ਚ ਉਹਨੂੰ ਕਹਿ ਗੋਡੀ ਦੇਣੀ ਪੈਣੀ ਇੱਕ ਨਾ ਗੋਡੀ ਦੇ ਕੇ ਫਿਰ ਵੇਖਦੇ ਕੀ ਲਾਉਣਾ ਦਰਾਜ ਕੇ ਟੀਮ ਕੇ ਭਲਵਾਨ ਕਹਿੰਦੀ ਆ ਵਾਹ ਜੀ ਵਾਹ ਲਿਆ ਜਾਣ ਇੱਕ ਬਾਲ ਆਪਣੀ ਜਾਣ ਪਰ ਦੇਖਿਆ ਮੈਨੂੰ ਉਹ ਖੇਡਣਾ ਆਉਂਦਾ ਕਿ ਨਹੀਂ ਹੌਲੀ ਕੱਲੀ ਹੋਈ ਆਉਂਦੀ ਵੀ ਫਨ ਫੜਾਉਣੀ ਆ ਆਉਂਦੀ ਆਉਂਦੀ ਲੈ ਮੈਂ ਕੱਲਦਾ ਗੰਡਾ ਹੀ ਖਰਾਬ ਆ ਤੇ ਸ਼ਾਟ ਮਾਰਨਾ ਵੇਖਿਓ ਤਗੜਾ ਆਪਾਂ ਲਓ ਜਾਣ ਬਾਹਰੋਂ ਕਿਹਦੀ ਵਾਰੀ ਖੇਡੋ ਵਧੀਆ ਰਿਹਾ ਬਾਲ ਵਧੀਆ ਵਧੀਆ ਫੜੋ ਫੜੋ ਏ ਓਹੋ ਉਹ ਕੀ ਤੁਹਾਡਾ ਕੀਪਰ ਹੈ ਕੋਈ ਬਾਲ ਤਾਂ ਫੜੀ ਨਹੀਂ ਜਾਂਦੀ ਕੋਈ ਕੀਪਰ ਇਹਨੂੰ ਖਿਲਾਰੋ ਇਹਨੂੰ ਉਹ ਗਾਇ ਸ਼ਾਮਾਂ ਇੱਦੀਆਂ ਪੈ ਗਈਆਂ ਜੀ ਖੇਤ ਆਇਆ ਘੜੀ ਮੈਂ ਅਤੇ ਰਹਿ ਰਾਹ ਚੱਲ ਰਹੀ ਆ ਚੱਲਿਆ ਘਰੇ ਹੁਣ ਅਤੇ ਅੱਜ ਦਾ ਦਿਨ ਇੱਧਰ ਲੰਘ ਗਿਆ ਰਾਹੁਲ ਚੱਲ ਗਿਆ ਅੱਜ ਸ਼ਹਿਰ ਅਤੇ ਫਿਰ ਗੱਡੀ ਦਾ ਕੰਮ ਕਰਵਾਉਣ ਜਾਣਾ ਉੱਧਰ ਤਾਂ ਜਾਇਆ ਨਹੀਂ ਗਿਆ ਅਤੇ ਹੁਣ ਕੱਲ੍ਹ ਨੂੰ ਸ਼ਹਿਰ ਬਣਦਾ ਪਲੈਨ ਸ਼ਹਿਰ ਜਾਣ ਦਾ ਜੇ ਤਾਂ ਗਏ ਤੇ ਹੁਣ ਜਾ ਕੇ ਹੁਣ ਲੱਗਾ ਮੈਂ ਲਾਈਵ ਅਤੇ ਲਾਈਵ ਗਾਇਸ ਆਪਾਂ ਡੇਲੀ ਹੋਇਆ ਕਰਨਾ ਹੁਣ 7 ਵਜੇ ਅਤੇ ਪੱਕਾ ਟਾਈਮ ਕਰ ਦੇਣਾ ਲਾਈਵ ਦਾ 7 ਵਜੇ ਦਾ ਹੁਣ ਆਪਾਂ ਡੇਲੀ ਲਾਈਵ ਹੋਇਆ ਕਰਨਾ ਕੀ ਹੋ ਗਿਆ ਜਾਣ ਤੈਨੂੰ ਚੱਲ ਜਾ ਕਰ ਮਾਲ ਕੇ ਚੱਲ ਓਕੇ ਗਾਇਸ ਘਰ ਜਾ ਕੇ ਮਿਲਦਾ ਮੈਂ ਮੋਰਨਿੰਗ ਹੋ ਗਈ ਜੇ ਅਤੇ ਵਲੋਗ ਲੱਗਾ ਮੈਂ ਖਤਮ ਕਰਨ ਅਤੇ ਇੱਕ ਮੈਂ ਗੱਲ ਜ਼ਰੂਰੀ ਕਰਨੀ ਭੁੱਲ ਗਿਆ ਵੀ ਅਲਟੋ ਗੱਡੀ ਰਾਹੁਲ ਹੁਣੇ ਫਿਰ ਸੇਲ ਕਰਨ ਡਿਆ ਅਤੇ ਉਹਨਾਂ ਹੈੱਡ ਹੁੱਡ ਦਾ ਵੀ ਕੰਮ ਹੁਣ ਕਰਾਇਆ ਵਾ ਅਤੇ 70-75 ਹਜ਼ਾਰ ਰੁਪਇਆ ਡਿਮਾਂਡ ਕਰਨ ਡਿਆ ਜੇ ਕਿ ਵੇਰਪਾਂ ਲੈਣੀ ਹੋਈ ਤਾਂ ਯਾਰ ਨੀਚੇ ਕਮੈਂਟ ਕਰ ਦਿਓ ਹੈ ਅਲਟੋ ਫੋਰ ਸੇਲ 'ਚ ਫਿਰ 2006 ਮਾਡਲ ਅਤੇ ਪਤਾ ਨਹੀਂ ਕਿਉਂ ਸੇਲ ਫੇਅਰ ਕਰਦੇ ਲੱਗੇ ਚਲੋ ਉਹਨਾਂ ਦੀ ਮਰਜ਼ੀ ਆ ਕੰਮ ਕੁੰਮ ਸਾਰਾ ਗੱਡੀ ਤਾਂ ਓਕੇ ਆ ਤੁਹਾਨੂੰ ਪਤਾ ਹੀ ਸਾਰਾ ਕੰਮ ਆਪਾਂ ਹੀ ਕਰਾਇਆ ਅਤੇ ਕਈ ਬਾਅਦ 'ਚ ਭਰਾ ਕਮੈਂਟ ਕਰ ਦਿੰਦੇ ਅਲਟੋ ਲੈਣੀ ਅਸੀਂ ਅਲਟੋ ਸਾਨੂੰ ਦੱਸ ਕੇ ਨਹੀਂ ਵੇਚੀ ਅਤੇ ਹੁਣ ਦੱਸਤਾ ਤਾਂ ਪਹਿਲਾਂ ਵਲੋਗ 'ਚ ਵੀ ਅਲਟੋ ਫੋਰ ਸੇਲ ਹੈਗੀ ਜੀ ਜੇ ਕਿ ਲੈਣੀ ਹੋਵੇ ਭਰਾ ਨੇ ਦੱਸ ਦਿਓ ਅਤੇ ਬਾਕੀ ਗਾਇਸ ਅੱਜ ਦੇ ਵਲੋਗ ਲਈ ਇੰਨਾ ਹੀ ਮਿਲਦੇ ਹਾਂ ਕੱਲ੍ਹ ਵਾਲੇ ਵਲੋਗ 'ਚ ਹੁਣ ਵਲੋਗ ਡੇਲੀ ਆਇਆ ਕਰਨਗੇ ਅਤੇ ਗਾਇਸ ਡੇਲੀ ਰਾਤ ਨੂੰ ਆਪਾਂ ਲਾਈਵ ਵੀ ਹੁੰਦੇ ਹਾਂ 7:30-7:30 ਵਜੇ ਅਤੇ ਲਾਈਵ 'ਚ ਆਇਆ ਕਰੋ ਗੱਲਾਂ ਬਾਤਾਂ ਮਾਰਿਆ ਕਰਾਂਗੇ ਡੇਲੀ ਆਪਾਂ ਅਤੇ ਬਾਕੀ ਇਸ ਤਰ੍ਹਾਂ ਚੈਨਲ ਨੂੰ ਪਿਆਰ ਕਰਦੇ ਰਹੋ 10K ਸਬਸਕ੍ਰਾਈਬਰ ਆਪਣੇ ਕੰਪਲੀਟ ਹੋਣ ਲਈ ਜਲਦੀ ਜਲਦੀ ਕਰਾ ਦਿਓ ਮੇਰੇ ਭਰਾ ਸਾਰੇ ਜਣੇ ਖਿੱਚ ਕੇ ਹੋ ਕੰਮ ਅਤੇ 10K ਕਰਾਓ ਫਿਰ ਆਪਾਂ ਗਾਂਹ ਜਰਨੀ 10K ਤੋਂ ਗਾਂਹ ਦੀ ਸਟਾਰਟ ਕਰੀਏ ਅਤੇ ਓਕੇ ਗਾਇਸ ਮਿਲਦੇ ਹਾਂ ਕੱਲ੍ਹ ਵਾਲੇ ਵਲੋਗ 'ਚ ਅੱਜ ਦੇ ਵਲੋਗ ਲਈ ਇੰਨਾ ਹੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਟੇਕ ਕੇਅਰ ਮਿਲਦੇ ਹਾਂ ਰਾਤ ਨੂੰ ਲਾਈਵ 'ਚ ਅਤੇ ਵਲੋਗ 'ਚ ਕੱਲ੍ਹ ਨੂੰ ਬਾਏ